ਤਰਨਤਾਰਨ ਪੁਲਿਸ ਨੇ ਅੰਮ੍ਰਿਤਸਰ ਦੇ ਵਿਚ ਹਿੰਦੂ ਨੇਤਾ ਵਿਪਨ ਕੁਮਾਰ ਦੀ ਹੱਤਿਆ ਦੇ ਦੋਸ਼ੀ ਸਾਰਜ ਸਿੰਘ ਮਿੰਟੂ ਦੇ ਚਚੇਰੇ ਭਰਾ ਦਲਜੀਤ ਸਿੰਘ ਨੂੰ ਫੜਨ ਦੇ ਵਿਚ ਸਫਲਤਾ ਹਾਸਿਲ ਕੀਤੀ ਹੈ। ਦਲਜੀਤ ਸਿੰਘ ਨੇ ਸਾਰਜ ਸਿੰਘ ਨੂੰ ਵਿਪਨ ਦੀ ਹੱਤਿਆ ਦੇ ਮਗਰੋਂ ਕਈ ਵਾਰ ਪਨਾਹ ਦਿੱਤੀ ਸੀ। ਪੁਲਿਸ ਮੁਤਾਬਿਕ ਦਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਨਹੀਂ ਸਰ, ਮੈਂ ਕੋਈ ਨਹੀਂ ਸਰ, ਮੈਂ ਆਪਣੀ ਗੱਡੀ ਮਕੈਨਿਕਲ ਦਾ ਕੰਮ ਕਰਦਾ। ਕਿੱਥੇ ਕਰਦੇ ਭਾਜੀ? ਕੈਮਰਾ ਪਰੇ ਕਰੋ। ਤੰਦਰੋਂ ਤੇ ਰੋਡ ਤੇ ਕਰਦਾ। ਉਹਦੀ ਜ਼ਮੀਨ ਦਾ ਠੇਕਾ ਕੌਣ ਲੈਂਦਾ? ਸਰ ਠੇਕਾ ਸਰ ਉਹਦੀ ਮੰਮੀ ਲੈ ਕੇ ਜਾਂਦੀ ਇੱਥੋਂ ਪੈਲੀ ਤੋਂ। ਅੱਛਾ, ਹਾਂਜੀ। ਤੇ ਸਰ ਜੇ ਘਰੇ ਆ ਜਾਂਦਾ ਫਿਰ ਚਾਰ ਹਿੱਸੇ ਹੋ ਜਾਂਦਾ ਠੇਕਾ। ਹਾਂਜੀ। ਨਹੀਂ ਸਰ, ਮੈਂ ਕਿੱਥੋਂ ਨਾਲ ਆ ਗਿਆ ਸਰ, ਮੈਂ ਤਾਂ ਗੱਡੀ ਮਕੈਨਿਕਲ ਦਾ ਕੰਮ ਕਰਦਾ ਸਰ। ਨਹੀਂ ਨਹੀਂ ਸਰ, ਮੇਰਾ ਕੋਈ ਰੋਲ ਨਹੀਂ ਹੈ। ਤੁਸੀਂ ਚੁੱਪ ਕਰੋ ਜੀ। ਸਬਸਾ ਮਿਲੀ ਹੈ ਜਦਕਿ ਜਿਹੜਾ ਸਾਰਜ ਮਿੰਟੂ ਜਿਹਨੇ ਹਿੰਦੂ ਨੇਤਾ ਦਾ ਕਤਲ ਕੀਤਾ ਸੀ ਵਿਪਨ ਕੁਮਾਰ ਸ਼ਰਮਾ ਦਾ ਆਪਣੇ ਅੰਮ੍ਰਿਤਸਰ ਦੇ ਵਿੱਚ, ਉਹਦੇ ਛੋਟੇ ਭਰਾ ਚਾਚੇ ਦੇ ਲੜਕੇ ਦਲਜੀਤ ਸਿੰਘ ਸਾਨੂੰ ਪ੍ਰਿਤਪਾਲ ਵਾਸੀ ਕਲਸੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ, ਜਿਹੜਾ ਕਿ ਉਹ ਜੁਰਮ ਕਰਨ ਤੋਂ ਬਾਅਦ ਉਹਨੂੰ ਪਨਾਹ ਦਿੰਦਾ ਸੀ, ਉਹਦੇ ਹਰ ਹਕੂਮਤ ਦੇ ਵਿੱਚ ਹੈਲਪ ਕਰਦਾ ਸੀ। ਖਾਲਾ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰੀ ਕੀਤੀ ਹੈ। ਸਾਰਜ ਜਿਹੜੇ ਫਰਾਰ ਹੈ, ਸਾਰਜ ਮਿੰਟੂ ਜਿਹੜੇ ਫਰਾਰ ਹੈ, ਉਹ ਜਦੋਂ ਦਾ ਉਹਨੇ ਕਤਲ ਕੀਤਾ ਉਦੋਂ ਤੋਂ ਬਾਅਦ ਉਹ ਹਜੇ ਪੁਲਿਸ ਦੇ ਕੇ ਨਿਕਲਿਆ, ਉਹ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ। ਰਿਕਵਰੀ ਨਹੀਂ, 212-216 ਦਾ ਕੇਸ ਰਜਿਸਟਰਡ ਹੋਇਆ ਹੈਲਪ ਕਰਨ ਦਾ, ਪਨਾਹ ਦੇਣ ਦਾ। ਸਰ ਇਹ ਪਤਾ ਲੱਗਿਆ ਕੋਈ ਖੇਤ ਉੱਥੇ ਕੋਈ ਵਾਈ ਵੂਈ ਕਰਨ ਦੇ ਉਹਨਾਂ ਦਾ ਹੈਗਾ? ਇਹਨਾਂ ਦੀ 3 ਕਿੱਲੇ ਜ਼ਮੀਨ ਹੈ ਕਲਸੀਆਂ ਖੁਰਦ ਦੇ ਵਿੱਚ, ਜਿੱਥੋਂ ਇਹੀ ਸਾਰਾ ਉਹਦਾ ਮੇਰਾ ਮਤਲਬ ਜੋ ਮੁਆਵਜ਼ਾ ਸੀ ਉਹ ਵਸੂਲ ਕਰਦਾ ਸੀ ਅਤੇ ਉਹਨੂੰ ਹੈਲਪ ਕਰਦਾ ਸੀ। ਸਰ ਕਿੰਨੇ ਚਿਰ ਉਹਨੇ ਘਰ ਆਪਣੇ ਬਣਾ ਦਿੱਤੀ ਇਹਨਾਂ ਨੂੰ? ਬੜੀ ਦੇਰ ਤੋਂ ਹੀ ਇਹਨਾਂ ਦਾ ਸੱਕਾ ਹੈ। ਅੱਛਾ, ਸੱਕਾ ਉਹਦੇ ਚਾਚੇ ਦਾ ਲੜਕਾ ਹੈ। ਸਰ ਕੀ ਕਾਰਵਾਈ ਹੈ? ਇਹਦੇ 216 ਤੇ 212 ਦਾ ਕੇਸ ਰਜਿਸਟਰਡ ਹੋਇਆ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।